ਫਰੀਦਕੋਟ ਵਿੱਚ ਦੁਖਦ ਘਟਨਾ ਵਾਪਰੀ ਹੈ, ਜਿੱਥੋਂ ਦੇ ਇੱਕ ਪਿੰਡ ਵਿੱਚ ਦੋ ਭੈਣ ਭਰਾਵਾਂ ਦੀ ਮੌਤ ਹੋ ਗਈ ਹੈ। ਸਾਡੇ ਨਾਲ SHO ਸਾਹਿਬ ਮੌਜੂਦ ਨੇ ਸਦਰ ਥਾਣਾ ਦੇ। ਸਰ, ਕੀ ਘਟਨਾ ਵਾਪਰੀ ਹੈ, ਕੀ ਗੱਲਬਾਤ ਹੋਈ? ਸਾਰੀ ਬੱਚਾ ਜੀ ਸੁਖਮਨਦੀਪ ਸਿੰਘ, ਉਮਰ 9 ਸਾਲ, ਕਰੀਬ 5ਵੀਂ ਕਲਾਸ 'ਚ ਪੜ੍ਹਦਾ ਸੀ। ਸਿਸਟਰ ਉਹਨਾਂ ਦੀ ਜੀ ਲਕਸ਼ਮੀ, ਉਹ 7 ਕੁ ਸਾਲ ਦੀ ਹੈਗੀ ਹੈ, ਉਹ 3ਜੀ ਕਲਾਸ 'ਚ ਪੜ੍ਹਦੀ ਸੀ। ਝੋਗਰੀਅਰ ਤੋਂ ਨਾਨਕੇ ਮਾਤਾ ਨਾਲ ਮਿਲਣ ਆਈ ਸੀ। ਅੱਜ ਬੱਚੇ ਖੇਡਦੇ ਸੀ, ਖੇਡਦੇ ਵਾਟਰ ਵਰਕਸ ਪਿੰਡ ਹੁੰਦਾ, ਸਰਕਾਰੀ ਪਿੰਡ ਦੀ ਵਾਟਰ ਵਰਕਸ ਦੀ ਡਿੱਗੀ 'ਚ ਡਿੱਗ ਪਈ। ਹੁਣ ਕੰਡੀਸ਼ਨ ਕਿਵੇਂ, ਬੱਚੇ ਹੁਣ ਠੀਕ ਨੇ? ਮ੍ਰਿਤਕ ਘੋਸ਼ਿਤ ਕੀਤੇ ਵੀ। ਹਾਂਜੀ, ਹੁਣ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ? ਉਹਦੇ ਪਿਤਾ ਨੂੰ ਉਡੀਕਦੇ ਹਾਂ, ਬਾਕੀ ਪਰਿਵਾਰ ਦੇ ਮੈਂਬਰ ਜੋ ਕਹਿਣਗੇ, ਜੋ ਕਾਨੂੰਨੀ ਕਾਰਵਾਈ ਹੈ ਉਹ ਮੈਂ ਕਰਾਂਗੇ। ਥੈਂਕ ਯੂ ਵੈਰੀ ਮੱਚ। ਤਾਂ SHO ਸਾਹਿਬ ਸਾਡੇ ਨਾਲ ਮੌਜੂਦ ਸੀਗੇ, ਦੱਸਿਆ ਕਿ ਦੋ ਸਕੇ ਭੈਣ ਭਰਾ ਜੋ ਆਪਦੇ ਨਾਨਕੇ ਆਏ ਹੋਏ ਸੀਗੇ, ਛੋਟੇ ਬੱਚੇ ਸੀਗੇ, ਵਾਟਰ ਵਰਕਸ ਦੀ ਡਿੱਗੀ ਵਿੱਚ ਡਿੱਗਣ ਨਾਲ ਦੋਨਾਂ ਦੀ ਮੌਤ ਹੋ ਗਈ ਹੈ। ਬੇਹੱਦ ਦੁਖਦ ਖਬਰ ਹੈ, ਅਤੇ ਇਸ ਵਕਤ ਦੀ ਗੱਲ ਕੀਤੀ ਜਾਵੇ, ਪੂਰਾ ਪਰਿਵਾਰ ਸਦਮੇ ਵਿੱਚ ਹੈ, ਪੂਰਾ ਪਿੰਡ ਜਿਹੜਾ ਇਸ ਵਕਤ ਗਹਿਰੇ ਸਦਮੇ ਵਿੱਚ ਹੈ। ਫਰੀਦਕੋਟ ਵਿੱਚ ਦੁਖਦ ਘਟਨਾ ਵਾਪਰੀ ਹੈ, ਜਿੱਥੋਂ ਦੇ ਇੱਕ ਪਿੰਡ ਵਿੱਚ ਦੋ ਭੈਣ ਭਰਾਵਾਂ ਦੀ ਮੌਤ ਹੋ ਗਈ ਹੈ। ਸਾਡੇ ਨਾਲ SHO ਸਾਹਿਬ ਮੌਜੂਦ ਨੇ ਸਦਰ ਥਾਣਾ ਦੇ। ਸਰ, ਕੀ ਘਟਨਾ ਵਾਪਰੀ ਹੈ, ਕੀ ਗੱਲਬਾਤ ਹੋਈ? ਸਾਰੀ ਬੱਚਾ ਜੀ ਸੁਖਮਨਦੀਪ ਸਿੰਘ, ਉਮਰ 9 ਸਾਲ, ਕਰੀਬ 5ਵੀਂ ਕਲਾਸ 'ਚ ਪੜ੍ਹਦਾ ਸੀ। ਸਿਸਟਰ ਉਹਨਾਂ ਦੀ ਜੀ ਲਕਸ਼ਮੀ, ਉਹ 7 ਕੁ ਸਾਲ ਦੀ ਹੈਗੀ ਹੈ, ਉਹ 3ਜੀ ਕਲਾਸ 'ਚ ਪੜ੍ਹਦੀ ਸੀ। ਝੋਗਰੀਅਰ ਤੋਂ ਨਾਨਕੇ ਮਾਤਾ ਨਾਲ ਮਿਲਣ ਆਈ ਸੀ। ਅੱਜ ਬੱਚੇ ਖੇਡਦੇ ਸੀ, ਖੇਡਦੇ ਵਾਟਰ ਵਰਕਸ ਪਿੰਡ ਹੁੰਦਾ, ਸਰਕਾਰੀ ਪਿੰਡ ਦੀ ਵਾਟਰ ਵਰਕਸ ਦੀ ਡਿੱਗੀ 'ਚ ਡਿੱਗ ਪਈ। ਹੁਣ ਕੰਡੀਸ਼ਨ ਕਿਵੇਂ, ਬੱਚੇ ਹੁਣ ਠੀਕ ਨੇ? ਮ੍ਰਿਤਕ ਘੋਸ਼ਿਤ ਕੀਤੇ ਵੀ। ਹਾਂਜੀ, ਹੁਣ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ? ਉਹਦੇ ਪਿਤਾ ਨੂੰ ਉਡੀਕਦੇ ਹਾਂ, ਬਾਕੀ ਪਰਿਵਾਰ ਦੇ ਮੈਂਬਰ ਜੋ ਕਹਿਣਗੇ, ਜੋ ਕਾਨੂੰਨੀ ਕਾਰਵਾਈ ਹੈ ਉਹ ਮੈਂ ਕਰਾਂਗੇ। ਥੈਂਕ ਯੂ ਵੈਰੀ ਮੱਚ। ਤਾਂ SHO ਸਾਹਿਬ ਸਾਡੇ ਨਾਲ ਮੌਜੂਦ ਸੀਗੇ, ਦੱਸਿਆ ਕਿ ਦੋ ਸਕੇ ਭੈਣ ਭਰਾ ਜੋ ਆਪਦੇ ਨਾਨਕੇ ਆਏ ਹੋਏ ਸੀਗੇ, ਛੋਟੇ ਬੱਚੇ ਸੀਗੇ, ਵਾਟਰ ਵਰਕਸ ਦੀ ਡਿੱਗੀ ਵਿੱਚ ਡਿੱਗਣ ਨਾਲ ਦੋਨਾਂ ਦੀ ਮੌਤ ਹੋ ਗਈ ਹੈ। ਬੇਹੱਦ ਦੁਖਦ ਖਬਰ ਹੈ, ਅਤੇ ਇਸ ਵਕਤ ਦੀ ਗੱਲ ਕੀਤੀ ਜਾਵੇ, ਪੂਰਾ ਪਰਿਵਾਰ ਸਦਮੇ ਵਿੱਚ ਹੈ, ਪੂਰਾ ਪਿੰਡ ਜਿਹੜਾ ਇਸ ਵਕਤ ਗਹਿਰੇ ਸਦਮੇ ਵਿੱਚ ਹੈ। ਫਰੀਦਕੋਟ ਵਿੱਚ ਦੁਖਦ ਘਟਨਾ ਵਾਪਰੀ ਹੈ, ਜਿੱਥੋਂ ਦੇ ਇੱਕ ਪਿੰਡ ਵਿੱਚ ਦੋ ਭੈਣ ਭਰਾਵਾਂ ਦੀ ਮੌਤ ਹੋ ਗਈ ਹੈ। ਸਾਡੇ ਨਾਲ SHO ਸਾਹਿਬ ਮੌਜੂਦ ਨੇ ਸਦਰ ਥਾਣਾ ਦੇ। ਸਰ, ਕੀ ਘਟਨਾ ਵਾਪਰੀ ਹੈ, ਕੀ ਗੱਲਬਾਤ ਹੋਈ? ਸਾਰੀ ਬੱਚਾ ਜੀ ਸੁਖਮਨਦੀਪ ਸਿੰਘ, ਉਮਰ 9 ਸਾਲ, ਕਰੀਬ 5ਵੀਂ ਕਲਾਸ 'ਚ ਪੜ੍ਹਦਾ ਸੀ। ਸਿਸਟਰ ਉਹਨਾਂ ਦੀ ਜੀ ਲਕਸ਼ਮੀ, ਉਹ 7 ਕੁ ਸਾਲ ਦੀ ਹੈਗੀ ਹੈ, ਉਹ 3ਜੀ ਕਲਾਸ 'ਚ ਪੜ੍ਹਦੀ ਸੀ। ਝੋਗਰੀਅਰ ਤੋਂ ਨਾਨਕੇ ਮਾਤਾ ਨਾਲ ਮਿਲਣ ਆਈ ਸੀ। ਅੱਜ ਬੱਚੇ ਖੇਡਦੇ ਸੀ, ਖੇਡਦੇ ਵਾਟਰ ਵਰਕਸ ਪਿੰਡ ਹੁੰਦਾ, ਸਰਕਾਰੀ ਪਿੰਡ ਦੀ ਵਾਟਰ ਵਰਕਸ ਦੀ ਡਿੱਗੀ 'ਚ ਡਿੱਗ ਪਈ। ਹੁਣ ਕੰਡੀਸ਼ਨ ਕਿਵੇਂ, ਬੱਚੇ ਹੁਣ ਠੀਕ ਨੇ? ਮ੍ਰਿਤਕ ਘੋਸ਼ਿਤ ਕੀਤੇ ਵੀ। ਹਾਂਜੀ, ਹੁਣ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ? ਉਹਦੇ ਪਿਤਾ ਨੂੰ ਉਡੀਕਦੇ ਹਾਂ, ਬਾਕੀ ਪਰਿਵਾਰ ਦੇ ਮੈਂਬਰ ਜੋ ਕਹਿਣਗੇ, ਜੋ ਕਾਨੂੰਨੀ ਕਾਰਵਾਈ ਹੈ ਉਹ ਮੈਂ ਕਰਾਂਗੇ। ਥੈਂਕ ਯੂ ਵੈਰੀ ਮੱਚ। ਤਾਂ SHO ਸਾਹਿਬ ਸਾਡੇ ਨਾਲ ਮੌਜੂਦ ਸੀਗੇ, ਦੱਸਿਆ ਕਿ ਦੋ ਸਕੇ ਭੈਣ ਭਰਾ ਜੋ ਆਪਦੇ ਨਾਨਕੇ ਆਏ ਹੋਏ ਸੀਗੇ, ਛੋਟੇ ਬੱਚੇ ਸੀਗੇ, ਵਾਟਰ ਵਰਕਸ ਦੀ ਡਿੱਗੀ ਵਿੱਚ ਡਿੱਗਣ ਨਾਲ ਦੋਨਾਂ ਦੀ ਮੌਤ ਹੋ ਗਈ ਹੈ। ਬੇਹੱਦ ਦੁਖਦ ਖਬਰ ਹੈ, ਅਤੇ ਇਸ ਵਕਤ ਦੀ ਗੱਲ ਕੀਤੀ ਜਾਵੇ, ਪੂਰਾ ਪਰਿਵਾਰ ਸਦਮੇ ਵਿੱਚ ਹੈ, ਪੂਰਾ ਪਿੰਡ ਜਿਹੜਾ ਇਸ ਵਕਤ ਗਹਿਰੇ ਸਦਮੇ ਵਿੱਚ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਜ ਦੇ ਨਾਲ, ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।